ਪੈਸੇ ਹੀ ਨੀ ਹੈਗਾ ਨੇ ਬੰਦਾ ਹੀ ਬੜੇ ਕੰਮ ਦਾ ਆ ਰਿਹਾ ਸੀ ਅੱਜ ਧੂਲੀ ਵੀ ਭਲੀ ਆ ਗਈ ਨੇ ਅੱਜ ਤੇ ਕਿਹੜਾ ਹੀ ਆਟਾ ਆਏਗੇ ਧੂਲੀ ਵੀ ਅੱਜ ਕੰਮ ਦੀ ਆ ਗਈ ਆ ਤੇ ਧੂਲੀ ਦਾ ਮਾਲਕ ਵੀ ਮੈਂ ਬਣਾਂਗਾ ਤੇ ਬੰਦਾ ਹੀ ਬੜਾ ਕੰਮ ਦਾ ਆ ਰਿਹਾ ਮੈਂ ਨਗਦ ਪੈਸੇ ਦਿਆਂਗਾ ਤੈਨੂੰ ਯਾਰ ਭਾਈ ਮੈਂ ਨਹੀਂ ਦਿੰਦਾ ਭਾਈ ਮੈਨੂੰ ਬੜੀ ਜ਼ਰੂਰਤ ਹੈ ਆਪਣੇ ਮਾਲ ਨੂੰ ਖਿਲਾਣ ਕੱਲ ਮਾਲ ਨੂੰ ਖਿਲਾਣਾ ਸੀ ਮੈਂ ਕੀ ਖਵਾਂਗਾ ਮਾਲ ਨੂੰ ਨਗਦ ਪੈਸੇ ਦਿਆਂਗਾ ਨਗਦ ਦਿਆਂਗਾ ਜਿੰਨੇ ਬੋਲ 20,000 ਦੇ 20,000 ਯਾਰ ਤੂੰ ਮੈਨੂੰ 20,000 ਦੇ ਦੇ ਨਗਦ ਦੇ ਦੇ ਬਟੂਆ ਖੋਲ ਲੈ ਤੂੰ ਮੇਰਾ ਯਾਰ ਛੇਤੀ ਕਰ ਲੈ ਇੱਕ ਮਿੰਟ ਖੜੋ ਪਿੱਛੇ ਹੋ ਕੇ ਪਿੱਛੇ ਹੋ ਗਿਆ ਸੀ ਮੈਂ ਸਾਰੇ ਮੇਰੇ ਪੈਸੇ ਨੀ ਮਿੰਟ ਮੈਨੂੰ ਕਿੰਨੇ ਰੋਟੀ ਪਾਣੀ ਖਾਈ ਰੋਟੀ ਪਾਣੀ ਤਾਂ ਮੈਂ ਤੇਰੇ ਲਵਾਂ ਖਾਊਂਗਾ ਠੀਕ ਹੈ ਤੁਸੀਂ ਕੀ ਹੈ 10 ਰੁਪਏ ਦੇ ਰਹੇ ਤੂੰ ਯਾਰ ਆਪਣੇ ਕਹਾ 10 ਰੁਪਏ ਦੇ ਦੇ ਓ ਭਾਈ 10,000 ਮੇਰੇ ਪਾਸ 10,000 ਰੁਪਏ ਦੱਸ ਚਲੋ ਐਸੇ ਰੋਟੀ ਤੂੰ ਇੱਥੇ ਖੋਲ ਆਪਦੇ ਬੰਦਿਆਂ ਨੂੰ ਬੁਲਾ ਲੈ ਜਲਦੀ ਲੋੜੀ ਰਹਿ ਗਿਆ ਮੈਂ ਛੇਤੀ ਆ ਜਾਵਾਂ ਹਾਂ ਪੈਦਲ ਜਾ ਰਹੇ ਹਾਂ ਆ ਯਾਰ ਯਾਰ ਮੈਂ ਵੀ ਲੈ ਜਾ ਯਾਰ ਐਵੇਂ ਪੈਦਲ ਦੌੜ ਨਹੀਂ ਠੀਕ ਹੈ ਯਾਰ ਤਿਆਰ ਮੈਂ ਤੇ ਭੁੱਖਾ ਹੀ ਮਰ ਜਾਣਾ ਸੀ ਪੈਦਲ ਜਾ ਅੱਛਾ ਆਪਣੇ ਬੰਦੇ ਬੁਲਾਣੇ ਆ ਤੂੰ ਬੁਲਾ ਲੈ ਮੈਂ ਇੱਥੇ ਛੇਤੀ ਆ ਜਾਵਾਂਗਾ ਛੇਤੀ ਆ ਤੂੰ ਮੈਂ ਜਰਾ ਥੋੜੀ ਜਿਹੀ ਆ ਵੀ ਤੂੰ ਜਲਦੀ ਆਣਾ ਹੈ ਯਾਰ ਮੋਟਰਸਾਈਕਲ ਸਟਾਰਟ ਕਿਉਂ ਨਹੀਂ ਹੋ ਗਿਆ ਯਾਰ ਯਾਰ ਤੂੜੀ ਤੇ ਮੈਂ ਲੈ ਲਈ ਮਾਲਕ ਮੈਂ
ਮਾਲਕ ਹੈ ਭਾਈ ਮਾਲਕ ਮੈਂ ਜ਼ਮੀਨ ਸਾਰੀ ਮੇਰੀ ਹੈ ਤੂੰ ਕਿੱਦਾਂ ਲੈ ਉਹ ਭਾਈ ਆ ਮੈਂ ਪੈਸੇ ਦਿੱਤੇ ਨੇ ਯਾਰ ਮੇਰਾ ਮੋਟਰ ਤੂੰ ਪੈਸੇ ਦਿੱਤੇ ਨੇ ਤੂੰ ਯਾਰ ਜਿਹੜਾ ਤੋੜੀ ਦਾ ਮਾਲਕ ਆ ਯਾਰ ਤਾਂ ਮੈਂ ਪੈਸੇ ਤੂੰ ਕਿਹਨੂੰ ਦਿੱਤੇ ਨੇ ਤੂੰ ਮਾਲਕ ਕਿੱਧਰੋਂ ਯਾਰ ਮੇਰਾ ਘਰ ਹੈ ਕਿ ਸਾਰੀ ਜ਼ਮੀਨ ਮੇਰੀ ਆ ਉਹ ਨੀਕ ਯਾਰ ਮੇਰਾ ਮੋਟਰਸਾਈਕਲ ਵੀ ਲੈ ਗਿਆ ਉਹ ਮੇਰੇ ਪਾਗਲ ਹੋ ਗਿਆ ਠੱਗ ਚੱਲ ਤੂੰ ਕਿੱਥੇ ਆ ਉਹ ਭਾਈ ਮੇਰੀ ਨਹੀਂ ਆ ਭਾਈ ਓਏ ਨਹੀਂ ਜ਼ਮੀਨ ਮੇਰੀ ਆ ਤਾਂ ਤੂੜੀ ਦਾ ਮਾਲਕ ਕੌਣ ਹੈ ਤੂੜੀ ਤੂੰ ਕਿਹਨੇ ਲਈ ਏ ਉਹ ਭਾਈ ਮੈਂ 20,000 ਦੀ ਤੂੜੀ ਲਈ ਏ ਪੈਸੇ ਦਿੱਤੇ ਨੇ ਚੱਲ ਇੱਥੇ ਬੈਠ ਕੇ ਮੈਂ ਪੁੱਛਣ ਦੀ ਬਾਈ ਮਾਲਕ ਮੈਂ ਤੂੰ ਕਿਹਨੂੰ ਪੈਸੇ ਦਿੱਤੇ ਨੇ ਤੂੰ ਕਿਸੇ ਹੋਰ ਨੂੰ ਦਿੱਤੇ ਨੇ ਗਵਾਚ ਲੈਣੇ ਪੈਸੇ ਤੂੰ